ਪੰਜਾਬੀ ਗਾਇਕ ਆਰਨੇਤ ਦੇ ਸ਼ੋਅ ਦੌਰਾਨ ਵੱਡਾ ਹਾਦਸਾ ਵਾਪਰਿਆ, ਜਿੱਥੇ ਸ਼ੋਅ ਦੌਰਾਨ ਹੀ ਲੋਕ ਟੈਂਟ ਤੇ ਚੜੇ ਹੋਏ ਸਨ ਤੇ ਇਸੇ ਦਰਮਿਆਨ ਟੈਂਟ ਡਿੱਗ ਪਿਆ। ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ। ਲਾਈਵ ਵੀਡੀਓ ਸਾਹਮਣੇ ਆਈ ਹੈ ਜਿੱਥੇ ਦੇਖਿਆ ਜਾ ਸਕਦਾ ਕਿਵੇਂ ਲੋਕ ਟੈਂਟ ਦੇ ਉੱਤੇ ਚੜੇ ਹੋਏ ਨੇ ਤੇ ਅਚਾਨਕ ਇੱਕਦਮ ਟੈਂਟ ਡਿੱਗ ਜਾਂਦਾ ਹੈ, ਲੋਕ ਡਿੱਗ ਜਾਂਦੇ ਨੇ। ਤਮਲੋੜ ਦੇ ਵਿੱਚ ਇਹ ਪੂਰਾ ਹਾਦਸਾ ਵਾਪਰਿਆ ਹੈ ਜਿੱਥੇ ਕਿਸਾਨ ਮੇਲਾ ਸੀ ਤੇ ਇਸੇ ਦਰਮਿਆਨ ਪੰਜਾਬੀ ਗਾਇਕ ਆਰਨੇਤ ਨੂੰ ਅਖਾੜਾ ਲਗਾਉਣ ਦੇ ਲਈ ਇੱਥੇ ਬੁਲਾਇਆ ਗਿਆ ਸੀ ਤੇ ਇਸੇ ਦਰਮਿਆਨ ਦੱਸਿਆ ਜਾ ਰਿਹਾ ਕਿ ਕੁਝ ਵਿਅਕਤੀ ਜਿਹੜੇ ਹੁੰਦੇ ਨੇ ਉਹ ਟੈਂਟ ਦੇ ਉੱਤੇ ਚੜ ਜਾਂਦੇ ਨੇ, ਜ਼ਿਆਦਾ ਲੋਕ ਟੈਂਟ ਤੇ ਚੜਨ ਕਰਕੇ ਅਚਾਨਕ ਇਹ ਟੈਂਟ ਡਿੱਗ ਜਾਂਦਾ ਹੈ। ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ, ਪਰ ਹਾਦਸੇ ਦੀ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ। ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਆਰਨੇਤ ਆਪਣਾ ਪ੍ਰੋਗਰਾਮ ਲਗਾ ਰਹੇ ਸਨ, ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਗਾਣਿਆਂ ਨੂੰ ਸੁਣਨ ਦੇ ਲਈ ਇੱਥੇ ਪਹੁੰਚੇ ਹੋਏ ਸਨ, ਕਿਉਂਕਿ ਜਦ ਵੀ ਕੋਈ ਗਾਇਕ ਅਜਿਹਾ ਅਖਾੜਾ ਲਗਾਉਂਦਾ ਹੈ ਤਾਂ ਲੋਕਾਂ ਦੇ ਵਿੱਚ ਉਤਸ਼ਾਹ ਵੱਧ ਜਾਂਦਾ ਹੈ। ਵੱਡੀ ਗਿਣਤੀ ਦੇ ਵਿੱਚ ਲੋਕ ਗਾਇਕ ਨੂੰ ਸੁਣਨ ਦੇ ਲਈ ਪਹੁੰਚਦੇ ਨੇ ਤੇ ਇਸੇ ਦਰਮਿਆਨ ਕਿਹਾ ਜਾ ਰਿਹਾ ਕਿ ਇਹ ਲੋਕ ਜਿਹੜੇ ਹੁੰਦੇ ਨੇ ਟੈਂਟ ਦੇ ਉੱਤੇ ਚੜ ਜਾਂਦੇ ਨੇ ਤੇ ਭਾਰ ਜ਼ਿਆਦਾ ਹੋਣ ਕਰਕੇ ਇਹ ਟੈਂਟ ਡਿੱਗ ਜਾਂਦਾ ਹੈ। ਜੋ ਲੋਕ ਇਸ ਟੈਂਟ ਦੇ ਉੱਤੇ ਹੁੰਦੇ ਨੇ ਉਹ ਵੀ ਡਿੱਗ ਜਾਂਦੇ ਨੇ। ਹਾਲਾਂਕਿ ਗਨੀਮਤ ਹੈ ਕਿ ਜਾਨੀ ਨੁਕਸਾਨ ਨਹੀਂ ਹੋਇਆ, ਕੁਝ ਲੋਕਾਂ ਨੂੰ ਸੱਟਾਂ ਜ਼ਰੂਰ ਲੱਗੀਆਂ ਨੇ, ਪਰ ਜਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਦਾ ਹੈ, ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ।